ਪਾਤਾ ਚੇਲੇ ਕੋਲੋਂ ਬਣਾ ਗਿਆ। ਸਿਪਾਹੀ ਅੰਮ੍ਰਿਤਪਾਲ ਸਿੰਘ ਜੀ ਨੇ ਜਿੱਥੇ ਕਿਸਾਨਾਂ ਦੀ ਗੱਲ ਕੀਤੀ, ਮਜ਼ਦੂਰਾਂ ਦੀ ਕੀਤੀ, ਇਹ ਸਭ ਤੋਂ ਵੱਡੀ ਗੱਲ ਜਿਹੜੀ ਪੰਜਾਬ ਦੀ ਨੌਜਵਾਨੀ ਦੀ ਨਸਲ ਖੁਸ਼ੀ ਹੋ ਰਹੀ ਸੀ ਉਹਦੀ ਗੱਲ ਕੀਤੀ। ਇਸ ਕਰਕੇ ਛੱਡੀ ਛੱਡੀ ਛੱਡੀ
ਪਹਿਲਾਂ ਤਾਂ ਗੁਰੂ ਸਾਹਿਬ ਦਾ ਕਿਤਾਬ ਕੋਲ ਸ਼ੁਕਰ ਕਰਦੇ ਹਾਂ, ਫਿਰ ਸੰਗਤਾਂ ਦਾ, ਜਿਹੜੇ ਸਾਰੇ ਭਾਈਚਾਰਿਆਂ ਤੋਂ ਉੱਪਰ ਉੱਠ ਕੇ ਸਹਿਯੋਗ ਦੇ ਰਹੀ ਆ, ਸਾਰੇ ਭਾਈਚਾਰਿਆਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਹੜੇ ਪੰਜਾਬ ਪੰਜਾਬੀ ਇੱਕ ਲਈ ਲੜ ਰਹੇ ਆ, ਜਿਹੜੇ ਸਾਡੇ 'ਚ ਮੰਡੀਆਂ ਪਾ ਰਹੇ ਸੀ ਉਹਨਾਂ ਨੂੰ ਅਸੀਂ ਵਿਫਲ ਕਰ ਰਹੇ ਹਾਂ, ਉਹਨਾਂ ਨੂੰ ਉਹਨਾਂ ਦੀ ਨਹੀਂ ਚੱਲ ਰਹੀ ਕਿਉਂਕਿ ਸਾਨੂੰ ਮੰਨਣ ਦੀ ਬਹੁਤ ਕੋਸ਼ਿਸ਼ ਕੀਤੀ ਗਈ, ਪਰ ਅਸੀਂ ਇੱਕੇ ਹਾਂ ਅਤੇ ਇੱਕ ਰਵਾਂਗੇ। ਵਾਹਿਗੁਰੂ ਜੀ ਕਾ ਖਾਲਸਾ। ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਹਾਂ, ਲੋਕਾਂ ਨੂੰ ਅਪੀਲ ਕਰਦੇ ਹਾਂ ਸੁੱਖ ਸ਼ਾਂਤੀ ਨਾਲ ਪੰਜਾਬ ਦੀ ਚੜ੍ਹਦੀ ਕਲਾ ਸਾਰੇ ਜਣੇ ਆਪਾਂ ਰਲ ਮਿਲ ਕੇ ਸਾਰੇ ਭਾਈਚਾਰੇ ਲੱਗਦਾ ਜੀ ਮਾਹੌਲ ਜੋੜਾਂ ਦਾ? ਬਹੁਤ ਹੀ ਵਧੀਆ ਲੱਗ ਰਿਹਾ ਜੀ ਮਾਹੌਲ। ਅਸੀਂ ਸਾਰੇ ਇਕੱਠੇ ਹੋ ਕੇ ਅੰਪਾਈ ਅਮਰਿਤਪਾਲ ਦੀ ਸਪੋਰਟ ਦੇ ਵਿੱਚ ਖੜੇ ਹੋਏ ਹਾਂ। ਅਸੀਂ ਸਾਰੇ ਜਿੰਨੇ ਵੀ ਕਪੂਰਥਲੇ ਨਿਵਾਸੀ ਹੈਗੇ ਆ, ਸਾਰੇ ਅਸੀਂ ਇਹ ਕੋਸ਼ਿਸ਼ ਕਰਾਂਗੇ ਭਾਈ ਅੰਮ੍ਰਿਤਪਾਲ ਜਿੱਤ ਜਾਣ। ਸਿੱਧੂ ਨੇ
ਭਾਈ ਦੀਪ ਨੇ ਜਿੱਥੇ ਇਸ ਸਿਸਟਮ ਨੂੰ ਬੇਪਰਦਾ ਕੀਤਾ, ਪੰਜਾਬ ਦੀ ਪੰਜਾਬੀਆਂ ਦੀ ਕਿਸਾਨਾਂ ਦੀ ਦੁਕਾਨਦਾਰਾਂ ਦੀ ਵਪਾਰੀਆਂ ਦੀ ਗੱਲ ਕੀਤੀ, ਉਸ ਗੱਲ ਨੂੰ ਉਹਦੀ ਭਾਈ ਸਾਹਿਬ ਵੀਰ ਦੀਪ ਭਾਈ ਦੇ ਜਾਣ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਨੇ ਉਸ ਗੱਲ ਨੂੰ ਅੱਗੇ ਤੋਰਿਆ ਅਤੇ ਉਸ ਗੱਲ ਨੂੰ ਅੱਗੇ ਤੋਰਦੇ ਹੋਏ ਲੋਕੋ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਚੜ੍ਹਦੀ ਕਲਾ ਦੇ ਨਾਲ ਸਿੰਘ ਸਾਹਿਬ ਸਤਿ ਸ੍ਰੀ ਅਕਾਲ ਬੜੀ ਚੜ੍ਹਦੀ ਕਲਾ ਦੇ ਨਾਲ ਹੈਲੋ ਹੈਲੋ ਮੇਰੇ ਸਿੰਘ ਸਾਹਿਬ ਨੂੰ ਕਹਿੰਦੇ ਮਾੜਾ ਪਰੇ ਹੋ ਜਾ ਤੁਹਾਡਾ ਕੱਦ ਬਹੁਤ ਉੱਚਾ ਹੈ ਜੀ ਹੁਣ ਆਪਾਂ ਨੂੰ ਮੌਕਾ ਮਿਲਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਲਾ ਕੇ ਪਾਰਲੀਮੈਂਟ ਵਿੱਚ ਭੇਜੀਏ ਕਰ ਲਓ ਜੀ ਕਰ ਲਓ ਫੋਟੋ ਕਰ ਲਓ ਜਦੋਂ ਗੋਲੀ ਆਊਗਾ ਤਾਂ ਬੁਲਾਇਓ ਗੋਲੀ ਆਊਗਾ ਜੀ ਵਪਾਰੀ ਭਰਾਵਾਂ ਨੂੰ ਬੇਨਤੀ ਆ ਸਾਡਾ ਬੜਾ ਮਨ ਖੁਸ਼ ਹੋਇਆ ਬਾਪੂ ਜੀ ਵੱਲੋਂ ਵਿਸ਼ੇਸ਼ ਧੰਨਵਾਦ ਆ ਤੁਹਾਡਾ ਵਪਾਰੀਆਂ ਦਾ ਇਲਾਕੇ ਦੇ ਦੁਕਾਨਦਾਰਾਂ ਦਾ ਵੇਖੋ ਇਹਨਾਂ ਸਿਆਸੀ ਪਾਰਟੀਆਂ ਨੇ ਸਾਨੂੰ ਵੰਡਿਆ ਹੋਇਆ ਜਾਤਾਂ ਪਾਤਾਂ ਦੇ ਵਿੱਚ ਧਰਮਾਂ ਦੇ ਵਿੱਚ ਬੜਾ ਦਰਸਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਭਾਈ ਅੰਮ੍ਰਿਤਪਾਲ ਸਿੰਘ ਹਿੰਦੂਆਂ ਦੇ ਵਿਰੋਧੀ ਨੇ ਈਸਾਈਆਂ ਦੇ ਵਿਰੋਧੀ ਨੇ ਨਹੀਂ ਭਾਈ ਭਾਈ ਅੰਮ੍ਰਿਤਪਾਲ ਸਿੰਘ ਕਿਸੇ ਦੇ ਵਿਰੋਧੀ ਨਹੀਂ ਉਹ ਸਿਰਫ ਇਹ ਕਹਿੰਦੇ ਆਕਾਸ਼ ਹਰ ਕੋਈ ਆਪਣੇ ਧਰਮ ਚ ਪੱਕਾ ਰਵੇ ਹਾਂਜੀ 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 ਜਵਾਨੀ ਨੂੰ ਬਰਬਾਦ ਕਰ ਰਹੇ ਨੇ ਉੱਥੇ ਤੁਹਾਨੂੰ ਵਪਾਰੀਆਂ ਨੂੰ ਛੋਟੇ ਵੱਡੇ ਦੁਕਾਨਦਾਰਾਂ ਨੂੰ ਕਾਰੋਬਾਰੀਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਵਿੱਚ ਜਜ਼ਬ ਕਰ ਰਹੇ ਨੇ ਨਿਊ ਵਰਲਡ ਆਰਡਰ ਦੀ ਨੀਤੀ ਤਹਿਤ ਸਾਰਾ ਕੁਝ ਹੁਣ ਭਾਈ ਪਰਮਜੀਤ ਸਿੰਘ ਜੀ ਅਕਾਲੀ ਜਿਹੜੇ ਪਹਿਲੇ ਦਿਨ ਤੋਂ ਬਾਪੂ ਜੀ ਦੇ ਨਾਲ ਨੇ ਉਹ ਆਪ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ ਮੇਰੇ ਵਪਾਰੀ ਭਰਾਓ ਦੁਕਾਨਦਾਰ ਵੀਰ ਮੇਰੇ ਮਜ਼ਦੂਰ ਭੈਣ ਭਰਾ ਆਪ ਜੀ ਨੂੰ ਬੇਨਤੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੋ ਕਿ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਨਤਕ ਖੜੇ ਨੇ ਜਿਨ੍ਹਾਂ ਦਾ ਚੋਰ ਨਿਸ਼ਾਨ ਮਾਇਕ ਹੈ ਬਾਹਰਲੇ ਬੰਦੇ ਤੇ ਮਸ਼ੀਨ ਤੇਰਾ ਜੇ 12 ਨੰਬਰ ਦੱਬਿਆ ਗਿਆ ਮਸ਼ੀਨ ਦਾ ਉਹ ਤਾਂ ਹੀ 13-13 ਹੋਣੀ ਇਹ ਗੱਲ ਨੋਟ ਕਰ ਲਿਓ ਜੇ 12 ਨੰਬਰ ਹਾਂਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ
ਅੰਮ੍ਰਿਤਪਾਲ ਸਿੰਘ ਸਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਸੰਗਤ ਜੀ ਤਗੜੇ ਹੋ ਕੇ ਹੈਲੋ ਕਿਉਂਕਿ ਹੈਲੋ ਮੈਂ ਤਾਂ ਮੂਹਰੇ ਕੱਢੀ ਜਾਂ ਮੀਡੀਆ ਨੂੰ ਜਾਂ ਤੂੰ ਅੱਧੀ ਰੋਕ ਲੈ ਕੇ ਨਹੀਂ ਕਰ ਮੈਂ ਕਹਾਂ ਸਮਝ ਆਉਂਦੀ ਮੈਂ ਚੋਂ ਨਿਸ਼ਾਨ ਮੈਂ
ਤੇ ਮੈਚ ਨੂੰ ਇੰਨਾ ਕੁ ਦਬਣਾ ਆਪਾਂ ਯੂਨਿਟਾਂ ਦੂਜਿਆਂ ਦੇ ਸਪੀਕਰਾਂ ਦੀਆਂ ਪਾਰਟੀਆਂ ਨੇ ਤਗੜੇ ਹੋ ਕੇ ਸਾਰਿਆਂ ਨੇ ਪ੍ਰਚਾਰ ਕਰਨਾ ਸੋ ਦੋਸਤੋ ਕਪੂਰਥਲਾ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਇੱਕ ਰੋਡ ਸ਼ੋਅ ਸ਼ੁਰੂ ਹੋ ਗਿਆ। ਵੱਡੀ ਗਿਣਤੀ ਦੇ ਵਿੱਚ ਨੌਜਵਾਨ ਬਜ਼ੁਰਗ ਮਾਤਾਵਾਂ ਭੈਣਾਂ ਇਸ ਰੋਡ ਸ਼ੋਅ ਦਾ ਹਿੱਸਾ ਬਣੇ ਨੇ। ਵੱਡੀ ਗਿਣਤੀ ਦੇ ਵਿੱਚ ਵੱਡਾ ਇਕੱਠ ਹੈ, ਆਪ ਮੁਹਾਰੇ ਪਹੁੰਚੇ ਹੋਏ ਲੋਕ ਨੇ। ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੈ। ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਜੋ ਕਿ ਇਸ ਗੱਡੀ ਦੇ ਵਿੱਚ ਮੌਜੂਦ ਨੇ। ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਵਿਪੱਖੀ ਪਾਰਟੀਆਂ ਕਹਿੰਦੀਆਂ ਵੀ ਉਹ ਕਹਿੰਦੇ ਸੰਵਿਧਾਨ ਨੂੰ ਨੀ ਮੰਨਦੇ, ਉਹਨਾਂ ਦਾ ਪਿਛੋਕੜ ਕੇ ਕੀ ਇਹ ਕਿਉਂ ਏਦਾਂ ਕਹਿੰਦੇ ਨੇ? ਇਹ ਇਹੋ ਜਿਹੇ ਸਵਾਲ ਜੀ ਜਦੋਂ ਉਹ ਆਉਣਗੇ ਬਾਹਰ ਆਉਣਗੇ ਉਹਨਾਂ ਨੂੰ ਕਰਿਓ, ਉਹਨਾਂ ਨੇ ਸੰਵਿਧਾਨ ਦੇ ਤਹਿਤ ਇਲੈਕਸ਼ਨ ਲੜ ਰਹੇ ਤੇ ਠੀਕ ਹੈ। ਸੋ ਦੇਖ ਸਕਦੇ ਹੋ ਤੁਸੀਂ ਵੱਡਾ ਇਕੱਠ ਹੈ, ਕੀ ਕਹਿਣਾ ਚਾਹੋਗੇ ਜੀ?
ਮੈਂ ਗੁਰੂ ਰਾਮਦਾਸ ਚੜ੍ਹਦੀ ਕਲਾ ਕਰੇ ਜੀ ਪੰਥਕ ਦੀ ਸਾਡੇ ਇਸ ਹਲਕੇ ਦੀ ਭਾਈ ਅੰਮ੍ਰਿਤਪਾਲ ਸਿੰਘ ਦੀ ਚੜ੍ਹਦੀ ਕਲਾ ਹੋਵੇ। ਸੰਗਤ ਜੀ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਕਪੂਰਥਲੇ ਤੋਂ ਜਿੱਥੇ ਕਿ ਰੋਡ ਸ਼ੋ ਨਿਕਲ ਰਿਹਾ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਦੇਖ ਰਹੇ ਹੋ ਤਰਸੇਮ ਸਿੰਘ ਜੀ ਨਾਲ ਪਰਮਜੀਤ ਸਿੰਘ ਅਕਾਲੀ ਹਾਂਜੀ ਬਸ 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 ਦੂਜਾ ਡਰਾਈਵਰ ਕਿੱਥੇ ਗਏ ਗੱਡੀ ਤੇ ਜਾ।